नरेश कुमार सहगल ते दीपक कुमार गर्ग इन्हां दोनां दा गुड मॉर्निंग वेलफेयर क्लब दे प्रधान एडवोकेट गुरबचन सिंह टोनी समेत सारे अहुदेदारां ते मैंबरां वल्लों विशेष सन्मान किया जा रहा है। अगो ना लंघो है ना साइड ते हो जाया करो पा के तुरे चलो ना तुसीं तां टाइम बहुत ला रहे हो यार पाओ ते साइड ते होयो नाले अगो ना लंघो किन्ने वार के अगो ना लंघो नरेश कुमार सहगल अते दीपक कुमार गर्ग दो सीनियर पत्रकारां दा समाज सेवा कारजां बदले विशेष सन्मान किया जा रहा है। एडवोकेट गुरबचन सिंह टोनी जो प्रधान ने गुड मॉर्निंग वेलफेयर क्लब दे ਉਹਨਾਂ ਨੂੰ ਆਪਾਂ ਪੁੱਛਾਂਗੇ ਸਨਮਾਨ ਬਾਰੇ। ਸਾਰਿਆਂ ਦਾ ਹੋ ਗਿਆ ਜੀ, ਲਓ ਜੀ ਸਾਈਡ ਤੇ ਆ ਜਾਓ, ਸਾਰੇ ਸਾਈਡ ਤੇ ਆ ਜਾਓ, ਖੜੋ ਕੋਈ ਨਾ, ਬਹਿ ਜਾਓ, ਸਾਰੇ ਬਹਿ ਜਾਓ। ਹੋ ਗਿਆ ਜੀ, ਹੋ ਗਿਆ, ਸਾਰਿਆਂ ਦਾ ਹੋ ਗਿਆ, ਤੁਸੀਂ ਖੜੇ ਰਹੋ। ਆਪਾਂ ਪਹਿਲਾਂ ਚੱਲਾਂਗੇ ਦੀਪਕ ਗਰਗ ਜੀ ਕੋਲ। ਦੀਪਕ ਜੀ ਕੀ ਮਹਿਸੂਸ ਕਰਦੇ ਹੋ? मैं जी ये महसूस कर रहा कि मेरा होर भी बहुत संस्थावां ने अज तक सन्मान किया, पर जो मान गुड मॉर्निंग वेलफेयर क्लब ने सन्मान किया इतने महसूस हो रहा है वो अज तक पहली बार अलौकिक है। लो जी सहगल साहब, देखो बड़ा वधिया अज दा जिहड़ा दिन है, मैं याद रखूंगा कि गुड मॉर्निंग वेलफेयर क्लब कोटकपूरा ने मैनू मान दिता है ते मैं सारिआं दा धन्नवाद करदा। ਇਹ ਮਾਨ ਇਸ ਕਰਕੇ ਮਿਲਿਆ ਕਿ ਮਿਊਂਸੀਪਲ ਪਾਰਕ ਕੋਟਕਪੂਰਾ ਦੇ ਵਿੱਚ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਸੀ। ਉਸ ਮਹਿਮ ਦੇ ਨਾਲ ਅਸੀਂ ਰਲ ਕੇ ਆਵਾਜ਼ ਨੂੰ ਬੁਲੰਦ ਕੀਤਾ, ਕਿਉਂਕਿ ਪ੍ਰਸ਼ਾਸਨ ਕਿਸੇ ਕਾਰਨ, ਕਿਸੇ ਦੀ ਮਜਬੂਰੀ ਕਾਰਨ, ਕਿਸੇ ਦਬਾਅ ਕਾਰਨ, ਕਿਸੇ ਪੋਲੀਟੀਕਲ ਕਾਰਨ ਉਹ ਜਿਹੜਾ ਖਾਮੋਸ਼ ਬੈਠਾ ਸੀ ਉਸ ਨੂੰ ਜਗਾਇਆ ਤੇ ਉਹ ਨਜਾਇਜ਼ ਕਬਜ਼ਾ ਦੂਰ ਹੋਇਆ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲਾਅ ਐਂਡ ਆਰਡਰ ਦੀ ਪਾਰਕ ਦੇ ਵਿੱਚ ਪ੍ਰੋਬਲਮ ਕ੍ਰੀਏਟ ਹੋ ਜਾਣੀ ਸੀ, ਜਿੱਥੇ ਸ਼ਹਿਰ ਦੇ ਸਾਡੇ ਬੱਚੇ, ਔਰਤਾਂ, VIP ਲੋਕ ਹਰ ਰੋਜ਼ ਸਵੇਰ ਸ਼ਾਮ ਇੱਥੇ ਖੇਡਦੇ ਨੇ ਤੇ ਇਹਦੀ ਸੁੰਦਰਤਾ ਜਿਹੜੀ ਹੈ ਖਰਾਬ ਹੋ ਜਾਣੀ ਸੀ। ਮੈਂ ਫਿਰ ਦੁਬਾਰਾ ਜਿਹੜੀ ਵੈਲਫੇਅਰ ਕਲੱਬ ਹੈ, ਗੁੱਡ ਮਾਰਨਿੰਗ, ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਬੜਾ ਮਹਿਸੂਸ ਕਰਦਾ ਵੀ ਮੈਨੂੰ ਜਿਹੜਾ ਨਮਾਨੇ ਜੇ ਨੂੰ ਇਹ ਮਾਨ ਬਖਸ਼ਿਆ ਤੇ ਮੈਂ ਧੰਨਵਾਦ ਕਰਦਾ। ਹਾਂਜੀ ਪ੍ਰਧਾਨ ਜੀ, ਗੁੱਡ ਮਾਰਨਿੰਗ ਵੈਲਫੇਅਰ ਕਲੱਬ ਕੋਟਕਪੂਰਾ ਦੇ ਪ੍ਰਧਾਨ ਹੋਣ ਦੇ ਨਾਂ ਤੇ ਜਿਹੜੇ ਸਾਡੇ ਇੱਥੇ ਪ੍ਰੈਸ ਰਿਪੋਰਟਰ ਵੀਰ ਜੀ ਪਹੁੰਚੇ ਆ, ਇਹਨਾਂ ਦਾ ਬਹੁਤ ਬਹੁਤ ਅਸੀਂ ਸਨਮਾਨ ਕਰਦੇ ਹਾਂ, ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਬਾਕੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਜਿਹੜੀ ਸਾਡੀ ਹੈਗੀ ਹੈ ਇਹਦਾ ਕੋਈ ਮਨੋਰਥ ਜਾਂ ਸਵਾਰਥ ਨਹੀਂ ਹੈ, ਸਾਡੀ ਕੋਈ ਘਰ ਦੀ ਜਾਇਦਾਦ ਨਹੀਂ ਹੈ, ਅਸੀਂ ਤਾਂ ਇੱਕ ਸੇਵਾ ਭਾਵਨਾ ਨਾਲ ਸੇਵਾ ਕਰਦੇ ਹਾਂ। ਔਰ ਜਿਹੜਾ ਵੀ ਇਨਸਾਨ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੀ ਸੇਵਾ ਦੇ ਵਿੱਚ ਮਦਦ ਕਰਦਾ ਅਸੀਂ ਉਹਨੂੰ ਇੱਥੇ ਸਨਮਾਨ ਜ਼ਰੂਰ ਕਰਦੇ ਹਾਂ। ਇਹ ਦੋਨੇ ਵੀਰਾਂ ਨੇ ਸਾਡਾ ਬਹੁਤ ਮਦਦ ਕੀਤੀ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਸਨਮਾਨ ਕਰਦੇ ਹਾਂ ਸ਼੍ਰੀ ਨਰੇਸ਼ ਕੁਮਾਰ ਜੀ ਸਹਿਗਲ ਸਾਹਿਬ ਦਾ ਤੇ ਦੀਪਕ ਗਰਗ ਜੀ ਦਾ। ਬਹੁਤ 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 ਧੰਨਵਾਦ ਜੀ, ਜੀ ਆਇਆਂ ਨੂੰ, ਤੁਹਾਡੇ ਚੰਗੇਰੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਤੇ ਵਾਹਿਗੁਰੂ ਦੇ ਚਰਨਾਂ ਚ ਅਰਦਾਸ।